ਥਾਣੇਦਾਰ ਨਾਲ ਵਾਪਰੀ ਅਲੌਕਿਕ ਘਟਨਾ। ਜਾਣੋ ਪੂਰੀ ਘਟਨਾ ਵੀਡੀਓ ਦੇ ਅੰਤ ਤੱਕ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਨਾਲ ਲੱਗਦਾ ਹੀ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲੈਣ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਸਾਨੀ ਨਾਲ ਅਤੇ ਨਾਲ ਦੀ ਨਾਲ ਪਹੁੰਚ ਸਕੇ। ਆਓ ਗੱਲ ਕਰਦੇ ਹਾਂ ਇਸ ਵਿਸ਼ੇ 'ਤੇ। ਅੱਜ ਦੇ ਜ਼ਮਾਨੇ ਦੀ ਨੌਜਵਾਨ ਪੀੜ੍ਹੀ ਸਿੱਖੀ ਅਤੇ ਸਿੱਖੀ ਸਰੂਪ ਤੋਂ ਦੂਰ ਹੁੰਦੀ ਜਾ ਰਹੀ ਹੈ। ਸਿਰ ਦੇ ਉੱਤੇ ਕੇਸ ਅਤੇ ਮੂੰਹ 'ਤੇ ਦਾੜ੍ਹੀ ਰੱਖਣ ਦੇ ਵਿੱਚ ਸ਼ਰਮ ਕਰ ਰਹੀ ਹੈ। ਅੱਜ ਕੱਲ੍ਹ ਦੇ ਬਹੁਤ ਘਰਾਂ ਦੇ ਸਿੱਖਾਂ ਦੇ ਨਿਆਣੇ ਪੱਛਮੀ ਪ੍ਰਭਾਵ ਦੇ ਹੇਠ ਆ ਕੇ ਆਪਣੇ ਧਰਮ ਦੇ ਵਡਮੁੱਲੇ ਕਾਰਜਾਂ ਅਤੇ ਸ਼ਹੀਦੀਆਂ ਨੂੰ ਭੁੱਲਦੇ ਜਾ ਰਹੇ ਨੇ। ਸਾਡੇ ਗੁਰੂਆਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਡੇ ਲਈ ਇਹ ਸਿੱਖੀ ਜੀਂਦੀ ਰੱਖੀ ਸੀ। ਅੱਜ ਆਪਾਂ ਉਹੀ ਸਿੱਖ ਅੱਜ ਉਸੇ ਵਡਮੁੱਲੀ ਸਿੱਖੀ ਦੀਆਂ ਧੱਜੀਆਂ ਆਪਣੇ ਕੇਸ ਕਟਵਾ ਕੇ ਉਡਾ ਰਹੇ ਹਾਂ ਅਤੇ ਇਸ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੈ। ਇਸ ਨੂੰ ਕੇਵਲ ਘਰ ਦੇ ਹੀ ਰੋਕ ਸਕਦੇ ਹਨ, ਇਸ ਨੂੰ ਸਿਰਫ ਬੱਚਿਆਂ ਦੇ ਮਾਤਾ ਪਿਤਾ ਹੀ ਰੋਕ ਸਕਦੇ ਹਨ। ਅਗਰ ਘਰਾਂ ਦੇ ਵਿੱਚ ਮਾਹੌਲ ਹੀ ਸਿੱਖੀ ਦਾ ਹੋਵੇ, ਬੱਚਾ ਹਮੇਸ਼ਾ ਸਰਦਾਰ ਹੀ ਹੁੰਦਾ ਹੈ, ਕਦੀ ਵੀ ਕੇਸ ਕਟਵਾਉਣ ਵੱਲ ਧਿਆਨ ਨਹੀਂ ਦਿੰਦਾ। ਅਗਰ ਸ਼ੁਰੂ ਤੋਂ ਹੀ ਘਰ ਵਿੱਚ ਸਿੱਖੀ ਦਾ ਪ੍ਰਭਾਵ ਨਹੀਂ, ਤਾਂ ਅੱਗੇ ਦੀ ਪੀੜ੍ਹੀ ਦਾ ਵੀ ਕੋਈ ਕਸੂਰ ਨਹੀਂ ਹੈ। ਕਦੀ ਨਾ ਕਿਸੇ ਦੇ ਸਾਹਮਣੇ ਚੁੱਕਣ ਵਾਲੀ ਇਹ ਸਿੱਖ ਕੌਮ ਅੱਜ ਆਪਣੇ ਕੇਸ ਕਤਲ ਕਰਵਾਉਣ ਦੇ ਲਈ ਬੜਿਆਂ ਦੇ ਅੱਗੇ ਬੜੇ ਸ਼ਰਮ ਦੇ ਨਾਲ ਗਰਦਨ ਝੁਕਾ ਦਿੰਦੀ ਹੈ। ਅੱਜ ਦੀ ਇਹ ਘਟਨਾ ਇਸੇ ਹੀ ਚਿੰਤਾ ਨੂੰ ਪ੍ਰਗਟ ਕਰਦੀ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੀ ਸਿੱਖੀ ਬਚਾਉਣ ਦੇ ਲਈ ਉਹਨਾਂ ਦੇ ਅੰਗ ਸੰਗ ਹਮੇਸ਼ਾ ਹਨ। ਗੱਲ ਹੈ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ, ਜਿੱਥੇ ਇੱਕ ਨੌਜਵਾਨ ਪੰਜਾਬ ਪੁਲਿਸ ਦੇ ਥਾਣੇਦਾਰ ਲੱਗਿਆ ਹੋਇਆ ਹੈ। ਭਾਈ ਪਰਮਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਉਸ ਸਿੱਖ ਨੌਜਵਾਨ ਨੂੰ ਥਾਣੇਦਾਰ ਚੌਂਕੀ ਦੇ ਵਿੱਚ ਦੇਖਿਆ ਸੀ। ਭਾਈ ਸਾਹਿਬ ਉਸ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਏ ਸੀ। ਉਹਨਾਂ ਨੇ ਥਾਣੇਦਾਰ ਨੂੰ ਦੇਖ ਕੇ ਕਿਹਾ ਕਿ ਤੂੰ ਪੰਜਾਬ ਪੁਲਿਸ ਦਾ ਥਾਣੇਦਾਰ ਹੈ, ਗੁਰੂ ਦਿਆ ਸਿੱਖਾ, ਤੇਰਾ ਦਾੜਾ ਅਤੇ ਕੇਸ ਦੇਖ ਕੇ ਮੇਰੀ ਰੂਹ ਖੁਸ਼ ਹੋ ਗਈ ਹੈ। ਭਾਈ ਸਾਹਿਬ ਨੇ ਕਿਹਾ, ਜੇਕਰ ਇਸ ਤਰ੍ਹਾਂ ਇੱਕ ਸਿੱਖ ਦਾ ਸਿੱਖੀ ਸਰੂਪ ਦੇਖ ਕੇ ਮੂੰਹ 'ਚੋਂ ਇੰਨੀਆਂ ਅਸੀਸਾਂ ਨਿਕਲਦੀਆਂ ਹਨ, ਤਾਂ ਗੁਰੂ ਦੇ ਅੰਦਰੋਂ ਕਿੰਨੀਆਂ ਅਸੀਸਾਂ ਨਿਕਲਦੀਆਂ ਹੋਣ। ਕੇਸ ਗੁਰੂ ਦੀ ਦਿੱਤੀ ਹੋਈ ਖੇਤੀ ਹੈ ਅਤੇ ਅਸੀਂ ਉਸ ਖੇਤੀ ਦੇ ਪਹਿਰੇਦਾਰ ਹਾਂ। ਜੇਕਰ ਇੱਕ ਸਿੱਖ ਇੰਨਾ ਖੁਸ਼ ਹੋਇਆ ਹੈ, ਤਾਂ ਉਹ ਸੱਚੇ ਪਾਤਸ਼ਾਹ ਕਿੰਨਾ ਖੁਸ਼ ਹੋਵੇਗਾ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਇਹ ਸਭ ਸੁਣ ਕੇ ਥਾਣੇਦਾਰ ਨੇ ਭਾਈ ਸਾਹਿਬ ਨੂੰ ਦੱਸਿਆ ਕਿ ਇਹ ਸਿੱਖੀ ਸਰੂਪ ਕਿਸ ਤਰ੍ਹਾਂ ਹੈ। ਉਸਨੇ ਦੱਸਿਆ ਕਿ ਬਾਬੇ ਬਟਾਲੇ ਦੇ ਕੋਲ ਉਹਨਾਂ ਦਾ ਇੱਕ ਪਿੰਡ ਹੈ ਅਤੇ ਉਸਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਘਰ ਦੇ ਵਿੱਚ ਉਹ ਅਤੇ ਉਸ ਦੀ ਮਾਂ ਹੀ ਸੀ, ਦੋ ਭੈਣਾਂ ਸੀ ਜੋ ਵਿਆਹੀਆਂ ਗਈਆਂ ਸੀ। ਉਹ ਪੜ੍ਹ ਲਿਖ ਕੇ ਥਾਣੇਦਾਰ ਬਣ ਗਿਆ। ਖਾਲਸੇ ਦਾ 300 ਸਾਲਾ ਸੀ। ਇੱਕ ਦਿਨ ਉਸਦੀ ਮਾਂ ਨੇ ਉਸਨੂੰ ਕਿਹਾ, ਇਹ ਘਰ ਸਿੱਖਾਂ ਦਾ ਨਹੀਂ ਲੱਗਦਾ ਪੁੱਤ। ਉਸਦੀ ਮਾਂ ਨੇ ਕਿਹਾ ਕਿ ਪਹਿਲਾਂ ਤਾਂ ਉਸਦਾ ਪਿਤਾ ਹੁੰਦਾ ਸੀ, ਉਸਦੇ ਸਿਰ ਤੇ ਪਗੜੀ ਸਜੀ ਹੁੰਦੀ ਸੀ। ਕਹਿਣ ਵਾਲੇ ਅਤੇ ਦੇਖਣ ਵਾਲੇ ਕਹਿੰਦੇ ਸੀ ਕਿ ਇਹ ਘਰ ਸਿੱਖਾਂ ਦਾ ਹੈ। ਉਸ ਦੀ ਮੌਤ ਤੋਂ ਬਾਅਦ ਹੁਣ ਘਰ ਦਾ ਮੁਖੀ ਤੂੰ ਹੀ ਹੈ, ਪਰ ਤੂੰ ਤਾਂ ਆਪਣੇ ਕੇਸ ਕਤਲ ਕਰਵਾਏ ਹੋਏ ਸਨ, ਦਾੜੀ ਵੀ ਕਤਲ ਕਰਵਾਈ ਹੋਈ ਹੈ। ਉਸ ਦੀ ਮਾਂ ਨੇ ਵੀ ਅੰਮ੍ਰਿਤ ਨਹੀਂ ਛਕਿਆ ਹੋਇਆ ਸੀ।
ਸੋ ਘਰ ਕਿਸੇ ਵੀ ਪਾਸਿਓਂ ਸਿੱਖਾਂ ਦਾ ਨਹੀਂ ਲੱਗ ਰਿਹਾ ਸੀ। ਉਸ ਦੀ ਮਾਂ ਦੇ ਅੰਦਰੋਂ ਇਹ ਦਰਦ ਨਿਕਲ ਰਿਹਾ ਸੀ। ਫਿਰ ਉਸਦੀ ਮਾਂ ਨੇ ਆਪਣੇ ਪੁੱਤਰ ਨੂੰ ਕਿਹਾ, ਜੇ ਤੇਰੀ ਸਲਾਹ ਹੋਵੇ ਤਾਂ ਮੈਂ 300 ਸਾਲਾਂ 'ਤੇ ਅੰਮ੍ਰਿਤ ਛਕ ਲਵਾਂ। ਤਾਂ ਉਸਦੇ ਪੁੱਤਰ ਨੇ ਕਿਹਾ ਕਿ ਮਾਂ, ਇਸ ਨਾਲ ਹੋਰ ਚੰਗਾ ਕੰਮ ਕੀ ਹੋ ਸਕਦਾ ਹੈ। ਉਸਦੀ ਮਾਂ ਨੇ ਕਿਹਾ ਕਿ ਜਦੋਂ ਮੈਂ ਅੰਮ੍ਰਿਤ ਛਕ ਕੇ ਆਵਾਂਗੀ ਤਾਂ ਉਸ ਨੂੰ ਦੇਖ ਕੇ ਲੋਕਾਂ ਨੇ ਤਾਨੇ ਮਾਰਨੇ ਹਨ ਕਿ ਆਪ ਤਾਂ ਅੰਮ੍ਰਿਤ ਛਕਿਆ ਹੋਇਆ ਹੈ ਤੇ ਮੁੰਡੇ ਨੇ ਤਾਂ ਸਿਰ ਮਨਵਾਇਆ ਹੋਇਆ ਹੈ। ਉਸਦੀ ਮਾਂ ਨੇ ਬੇਨਤੀ ਕਰਕੇ ਕਿਹਾ ਕਿ ਮੈਂ ਤੈਨੂੰ ਦਾੜੇ ਦਾ ਨਹੀਂ ਕਹਿੰਦੀ, ਪਰ ਤੂੰ ਜੂੜਾ ਰੱਖ ਕੇ ਪੱਗ ਬੰਨ ਲਿਆ ਕਰ। ਉਸ ਥਾਣੇਦਾਰ ਨੇ ਦੱਸਿਆ ਕਿ ਮੈਂ ਉਸ ਦਿਨ ਤੋਂ ਆਪਣੇ ਦਿਲ ਦੇ ਵਿੱਚ ਧਾਰ ਲਿਆ ਕਿ ਮੈਂ ਆਪਣੀ ਮਾਂ ਦੀ ਭਾਵਨਾ ਦੀ ਕਦਰ ਕਰਨੀ ਹੈ ਅਤੇ ਮੈਂ ਆਪਣਾ ਜੂੜਾ ਰੱਖ ਕੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਸਮੇਂ ਦੇ ਨਾਲ ਨਾਲ ਦਾੜੀ ਵੀ ਵਧਣ ਲੱਗੀ। ਉਸਨੇ ਸੋਚਿਆ ਕਿ ਉਹ ਹਰ ਰੋਜ਼ ਸੋਚਦਾ ਹੀ ਸੀ ਕਿ ਅੱਜ ਦਾੜੀ ਕਟਵਾਵਾਂ ਜਾਂ ਕੱਲ੍ਹ ਦਾੜੀ ਕਟਵਾਵਾਂ, ਪਰ ਕਦੀ ਵੀ ਉਸਦਾ ਜਿਗਰਾ ਨਹੀਂ ਪੈ ਰਿਹਾ ਸੀ। ਉਸਦਾ ਕਦੀ ਵੀ ਮਨ ਹੀ ਨਹੀਂ ਬਣਿਆ ਕਿ ਉਹ ਦਾੜੀ ਕਟਵਾਵੇ। ਜਦੋਂ ਉਹ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠਦਾ ਸੀ, ਉਸਦੇ ਯਾਰ ਦੋਸਤ ਉਸਨੂੰ ਬੜਾ ਹੀ ਮਜ਼ਾਕ ਕਰਦੇ ਸੀ ਕਿ ਤੈਨੂੰ ਦਾੜੀ ਕਟਵਾਉਣ ਦੇ ਲਈ ਬਲੇਡ ਨਹੀਂ ਲੱਭਦਾ। ਲੋਕ ਇਸ ਤਰ੍ਹਾਂ ਉਸਦਾ ਮਜ਼ਾਕ ਉਡਾਉਣ ਲੱਗੇ। ਉਸਨੇ ਦੱਸਿਆ ਕਿ ਉਸਨੇ ਅਰਦਾਸ ਕੀਤੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਮੇਰੀ ਰੱਖਿਆ ਕਰੋ, ਮੈਨੂੰ ਡੋਲਣ ਤੋਂ ਬਚਾਓ। ਫਿਰ ਇੱਕ ਦਿਨ ਜਦੋਂ ਉਸਦੇ ਯਾਰਾਂ ਦੋਸਤਾਂ ਨੇ ਉਸਨੂੰ ਬਹੁਤ ਹੀ ਜ਼ਿਆਦਾ ਤੰਗ ਕੀਤਾ ਤਾਂ ਉਹ ਹਾਰ ਕੇ ਦਾੜੀ ਕਟਵਾਉਣ ਦੇ ਲਈ ਨਾਈ ਦੇ ਕੋਲ ਚਲਾ ਗਿਆ। ਉਸ ਥਾਣੇਦਾਰ ਨੇ ਦੱਸਿਆ ਕਿ ਜਦੋਂ ਉਹ ਦਾੜੀ ਕਟਵਾਉਣ ਦੇ ਲਈ ਉਸ ਦੁਕਾਨ ਦੇ ਵਿੱਚ ਵੜਿਆ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਹੀ ਚਲੀ ਗਈ, ਇੱਕਦਮ ਚੱਕਰ ਆਉਣ ਲੱਗ ਪਏ। ਪਹਿਲਾਂ ਤਾਂ ਉਸਨੂੰ ਇਹ ਕੁਝ ਸਮੇਂ ਦਾ ਵਹਿਮ ਹੀ ਲੱਗਿਆ, ਫਿਰ ਜਦੋਂ ਉਹ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਵਾਪਿਸ ਆ ਗਈ ਅਤੇ ਚੱਕਰ ਆਉਣੋਂ ਵੀ ਹਟ ਗਏ। ਉਸਨੇ ਦੱਸਿਆ ਕਿ ਮੈਂ ਦੁਬਾਰਾ ਦੁਕਾਨ ਦੇ ਅੰਦਰ ਗਿਆ ਅਤੇ ਬਾਲ ਕਟਵਾਉਣ ਦੇ ਲਈ ਕੁਰਸੀ ਦੇ ਉੱਤੇ ਬੈਠ ਗਿਆ। ਫਿਰ ਉਸਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ। ਫਿਰ ਉਸਦੇ ਦੁਬਾਰਾ ਬਾਹਰ ਆਉਣ 'ਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਵੀ ਸਹੀ ਹੋ ਗਈ ਅਤੇ ਚੱਕਰ ਆਉਣੋਂ ਵੀ ਬੰਦ ਹੋ ਗਏ। ਜਦੋਂ ਇਸ ਤਰ੍ਹਾਂ ਉਸਨੇ 3 ਤੋਂ 4 ਵਾਰ ਕੀਤਾ ਤਾਂ ਉਸਨੂੰ ਸੋਝੀ ਆ ਗਈ। ਉਸਨੇ ਕੇਸ ਕਤਲ ਕਰਵਾਉਣ ਦਾ ਇਰਾਦਾ ਹਮੇਸ਼ਾ ਦੇ ਲਈ ਛੱਡ ਦਿੱਤਾ ਅਤੇ ਨਾਲ ਹੀ ਅਰਦਾਸ ਕੀਤੀ ਕਿ ਹੇ ਕਲਗੀਆਂ ਵਾਲਿਆ, ਕਿ ਤੂੰ ਮੇਰੀ ਮਾਂ ਦੀ ਬੇਨਤੀ ਇੰਨੀ ਨੇੜੇ ਹੋ ਕੇ ਸੁਣੀ ਹੈ, ਤੂੰ ਇੰਨਾ ਸਿੱਖਾਂ ਦੇ ਕੋਲ ਹੈ। ਮੇਰੀ ਮਾਂ ਨੇ ਅਰਦਾਸ ਕੀਤੀ ਸੀ ਕਿ ਮੇਰਾ ਪੁੱਤ ਕੇਸ ਨਾ ਕਟਵਾਵੇ, ਤੁਸੀਂ ਉਸ ਦੀ ਅਰਦਾਸ ਇਸ ਤਰ੍ਹਾਂ ਪੂਰੀ ਕਰੋਗੇ, ਇਹ ਮੈਂ ਕਦੀ ਸੋਚਿਆ ਵੀ ਨਹੀਂ ਸੀ। ਆਪਣੇ ਅੰਦਰ ਜਦੋਂ ਤੁਸੀਂ ਸਿੱਖੀ ਸਰੂਪ ਦਾ ਨਿਸ਼ਚਿਤ ਕਰ ਲਵੋਗੇ ਤਾਂ ਉਹ ਸੱਚੇ ਪਾਤਸ਼ਾਹ ਤੁਹਾਨੂੰ ਕਦੇ ਵੀ ਡੋਲਣ ਦੇ ਲਈ ਨਹੀਂ ਦੇਵੇਗਾ। ਸੋ ਦੋਸਤੋ, ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।